ਇਹ ਮੇਰਾ ਲੜਕਾ ਹੈਗਾ ਵੀ ਪਰਸੋਂ ਦਾ ਸ਼ੁਭਦੀਪ ਕਰਨ ਖਨੌਲੀ ਬਾਰਡਰ 'ਤੇ ਉਹ ਹੋ ਗਿਆ ਜੀ। ਨਹੀਂ ਜੀ ਮੈਂ ਜਿਉਂਦੀ ਹਾਂ, ਇਹਨਾਂ ਨੇ ਮੈਨੂੰ ਜਾਣ ਕੇ ਮਰੀ ਬਣਾਇਆ ਜੀ, ਵੀ ਮੈਂ ਜਿਉਂਦੀ ਖੜੀ ਹਾਂ। ਇਹਨਾਂ ਨੇ ਤੜਕੇ ਵੀ ਕਿਹਾ ਵੀ ਮਰੀ ਹੋਈ ਹੈ ਜੀ, ਮੈਂ ਮਾਂ ਹੈਗੀ ਹਾਂ। ਸੋ ਜਿਹੜਾ ਰਾਤ ਨੇ ਬਿਆਨ ਹੋਇਆ ਸੀ ਪੱਤਰਕਾਰ ਦਾ ਨਾਂ ਭੁੱਲ ਗਈ ਜੀ, ਉਹਨੂੰ ਮੈਂ ਪਰਸੋਂ ਰਾਤ ਹੀ ਫੋਨ ਲਾਈ ਜਾਂਦੀ, ਉਹਨੇ ਮੇਰਾ ਫੋਨ ਨਹੀਂ ਚੱਕ ਰਿਹਾ। ਇਹਨਾਂ ਦਾ ਮੈਂ 8-9 ਸਾਲ ਪਹਿਲਾਂ 9 ਮਹੀਨੇ ਦਾ ਮੈਂ ਢਿੱਡ 'ਚ ਹੀ ਰੱਖਿਆ ਵੀਰੇ ਇਹ, ਉਦੋਂ ਬਾਅਦ ਫਿਰ ਸਕੂਲ ਵੀ ਲੱਗਿਆ ਪੱਖੋਂ ਪੜ੍ਹਨ ਲੱਗਿਆ, ਪਿੰਡ ਹੀ ਰਹਿੰਦਾ ਸੀ, ਕਿਤੇ ਵਗ ਗਿਆ ਕਿਤੇ ਪਿੰਡ ਆ ਗਿਆ ਕਿਤੇ ਪਿੰਡ ਰਹਿ। ਇਹ ਮੇਰਾ ਲੜਕਾ ਹੈਗਾ ਵੀ ਪਰਸੋਂ ਦਾ ਸ਼ੁਭਦੀਪ ਕਰਨ ਖਨੌਲੀ ਬਾਰਡਰ 'ਤੇ ਉਹ ਹੋ ਗਿਆ ਜੀ, ਅਤੇ ਇਹਨਾਂ ਨੇ ਮੀਡੀਆ ਵਾਲਿਆਂ ਨੂੰ ਕਹਿਤਾ ਵੀ ਮਾਂ ਮਰੀ ਹੋਈ ਹੈ। ਹਾਂਜੀ ਮਾਂ ਮੈਂ ਹੈਗੀ ਹਾਂ, ਸੱਚਮੁੱਚ ਖੜੀ ਹਾਂ ਸਾਹਮਣੇ, ਮੈਂ ਆਪਣੀ ਮਾਂ ਬੇਟੇ ਦਾ ਮੂੰਹ ਵੇਖਣ ਆਈ ਸੀ ਜੀ। ਨਹੀਂ ਜੀ ਮੈਂ ਜਿਉਂਦੀ ਹਾਂ, ਇਹਨਾਂ ਨੇ ਮੈਨੂੰ ਜਾਣ ਕੇ ਮਰੀ ਬਣਾਇਆ ਜੀ, ਵੀ ਮੈਂ ਜਿਉਂਦੀ ਖੜੀ ਹਾਂ। ਇਹਨਾਂ ਨੇ ਤੜਕੇ ਵੀ ਕਿਹਾ ਵੀ ਮਰੀ ਹੋਈ ਹੈ ਜੀ, ਮੈਂ ਮਾਂ ਹੈਗੀ ਹਾਂ। ਇਹ ਬਿਆਨ ਆਏ ਸੀ ਜੀ, ਇਹ ਪਹਿਲਾਂ ਇਹਨਾਂ ਦਾ ਜਿਹੜਾ ਪਿਓ ਸੀ ਨਸ਼ੇ ਪੱਤੇ ਕਰਦਾ ਸੀ, ਇਹ ਆਪ ਬਲੈਕ ਕਰਦੇ ਸੀ ਜੀ। ਉਸ ਤੋਂ ਬਾਅਦ ਮੈਂ ਇਹਨਾਂ ਨੂੰ ਵੀ ਇਹਨਾਂ ਨੇ ਮੇਰੀ ਨਾ ਸੁਣੀ, ਮੈਂ ਬਾਗੀ ਸੀ ਛੱਡ ਕੇ, ਅਤੇ ਮੁੜ ਕੇ ਮੁੰਡਾ ਵੱਡੀ ਕੁੜੀ ਮੇਰੇ ਨਾਲ ਫੋਨ 'ਤੇ ਸੰਪਰਕ ਕਰਦੇ ਆ ਜੀ। ਮੁੰਡਾ ਜਿੱਦਾਂ ਦਿੱਲੀ ਗਿਆ ਉਹਦੇ ਵੀ ਫੋਨ ਇਹਨੇ ਕਰਕੇ ਗਿਆ ਵੀ ਮਾਂ ਤਾਂ ਮੈਂ ਜਾਣਾ। ਮੈਂ ਉਹਨੂੰ ਕਿਹਾ ਸੀ ਪੁੱਤ ਨਾ ਜਾ, ਉਹ ਨਹੀਂ ਰੁਕਿਆ ਜੀ। ਨਹੀਂ ਜੀ ਨਾਲ ਨਹੀਂ ਸੀ, ਪਾਸੇ ਰਹਿੰਦਾ ਸੀ ਜੀ। 12-13 ਸਾਲ ਤੋਂ ਅਲੱਗ ਰਹਿ ਰਹੇ ਹਾਂ ਜੀ। ਅੱਜ ਸਾਲ ਨੂੰ ਜਦੋਂ ਅਸੀਂ ਐਂ ਸੁਣਿਆ ਫਿਰ ਮੈਂ ਭੱਜੀ ਵੀ ਮੈਂ ਮਰੀ ਨਹੀਂ ਜੀ, ਜਿਉਂਦੀ ਹਾਂ। ਅੱਜ ਐਂ ਨਿਕਲਿਆ ਜੀ, ਪਰਸੋਂ ਜਿਹੜਾ ਰਾਤ ਨੇ ਬਿਆਨ ਹੋਇਆ ਸੀ ਪੱਤਰਕਾਰ ਦਾ ਨਾਂ ਭੁੱਲ ਗਈ ਜੀ, ਉਹਨੂੰ ਮੈਂ ਪਰਸੋਂ ਰਾਤ ਹੀ ਫੋਨ ਲਾਈ ਜਾਂਦੀ, ਉਹਨੇ ਮੇਰਾ ਫੋਨ ਨਹੀਂ ਚੱਕ ਰਿਹਾ। ਤੁਹਾਨੂੰ ਤਾਂ ਪਤਾ ਲੱਗ ਗਿਆ ਹੋਣਾ ਨਾ ਵੀ ਇਸ ਤਰੀਕੇ ਨਾਲ ਮੁੰਡੇ ਦੀ ਮੌਤ ਹੋ ਗਈ ਹੈ, ਤੁਸੀਂ ਪਹਿਲਾਂ ਕਿਉਂ ਨਹੀਂ ਪਹੁੰਚੇ? ਪਹਿਲੇ ਦਿਨ ਹੀ ਲੱਗੇ ਤੁਹਾਨੂੰ? ਪਹਿਲਾਂ ਜੀ ਇਹ ਪ੍ਰੈਸ਼ਰ 'ਚ ਸੀ, ਮੈਂ ਜਿੱਥੋਂ ਹੋਰ ਸੀ ਪਾਲਣ ਪੋਸ਼ਣ ਕੀਤਾ ਜੀ ਸਹੁਰਿਆਂ ਦਾ ਸੀ। ਹਾਂਜੀ ਕਿੰਨੇ ਟਾਈਮ ਤੱਕ ਪਾਲਣ ਪੋਸ਼ਣ ਕੀਤਾ ਮੁੰਡੇ? ਇਹਨਾਂ ਦਾ ਮੈਂ 8-9 ਸਾਲ ਪਹਿਲਾਂ 9 ਮਹੀਨੇ ਦਾ ਮੈਂ ਢਿੱਡ 'ਚ ਹੀ ਰੱਖਿਆ ਵੀਰੇ ਇਹ, ਉਦੋਂ ਬਾਅਦ ਫਿਰ ਸਕੂਲ ਵੀ ਲੱਗਿਆ ਪੱਖੋਂ ਪੜ੍ਹਨ ਲੱਗਿਆ। ਇਹਦੇ ਜਿਹੜਾ ਪਾਲਣ ਪਲੋਸਣ ਕਰਦੇ ਸੀ ਦਾਦਾ ਤੇ ਦਾਦੀ ਸੀ, ਉਹ ਮਰ ਗਏ ਸੀ, ਮਰ ਚੁੱਕੇ ਸੀ। ਨਹੀਂ ਜੀ ਨਹੀਂ ਕਰਾਇਆ, ਉਹਨਾਂ ਦਾ ਪਿਤਾ ਹੈ ਨਹੀਂ ਦੂਜੇ ਵਿਆਹ। ਇੰਨੀ ਦੇਰ ਕਿੱਥੇ ਰਹਿੰਦੇ ਰਹੇ? ਇੰਨੀ ਦੇਰ ਜੀ 4 ਸਾਲ ਸਾਡੇ ਕੋਲੇ ਰਹੇ, ਉਦੋਂ ਬਾਅਦ ਅਸੀਂ ਇਹਦਾ ਵਿਆਹ ਕਰ ਲਿਓ। ਨਹੀਂ ਉਹਨਾਂ ਨੂੰ ਪੁੱਛਣ ਦਿਓ ਜਰਾ। ਹਾਂ ਜੀ ਮੇਰਾ ਵਿਆਹ ਦੂਜਾ ਕਰਤਾ ਇਹਨਾਂ ਨੇ ਸਾਡੇ ਨਾਲ ਕੋਈ। ਹਾਂ ਜੀ ਹੈਗੇ ਆ ਜੀ, ਛੋਟੇ ਬੱਚੇ ਨੇ, ਦੋ ਗੁੜੀਆ ਜੀ। ਮਤਲਬ ਦੋ ਗੁੜੀਆਂ ਜਿਹੜੀਆਂ ਨੇ, ਇੱਕ ਮੈਰਿਡ ਵੀ ਹੈ ਲੜਕੀ? ਨਹੀਂ ਜੀ ਮੇਰੀਆਂ ਦੋਨੇ ਇੱਥੇ ਆ, ਜਿਹੜੀਆਂ ਦੋਨੇ ਛੋਟੀਆਂ, ਉਹ ਇੱਕ ਵਿਆਹੀ ਹੋਈ ਆ ਜੀ, ਇੱਕ ਕੁਮਾਰੀ ਆ ਜੀ। ਸ਼ੁਭਕਰਨ ਕਿੰਨੇ ਚਿਰ ਤੋਂ ਤੁਹਾਡੇ ਨਾਲ ਨਹੀਂ ਰਹਿੰਦਾ ਸੀ? ਇਹ 12-13 ਸਾਲ ਤੋਂ ਨਹੀਂ ਰਹਿੰਦਾ ਜੀ। ਕਿੱਥੇ ਰਹਿੰਦਾ ਸੀ? ਇਹ ਆਪਦੇ ਪਿੰਡ ਹੀ ਰਹਿੰਦਾ ਸੀ, ਕਿਤੇ ਵਗ ਗਿਆ ਕਿਤੇ ਪਿੰਡ ਆ ਗਿਆ ਕਿਤੇ ਪਿੰਡ ਰਹੀ। ਤੁਸੀਂ ਕਿੱਥੇ ਰਹਿੰਦੇ ਸੀ? ਮੈਂ ਵਿਆਹੀ ਵੀ ਆ ਜੀ, ਅਜੇ ਸੋਹਰੀ ਰਹਿੰਦੀ ਸੀ, ਪਰਸੋਂ ਜਦੋਂ ਵੀ ਕਿਸੇ ਨੇ ਤੁਹਾਡੀ ਰੀ ਮੈਰਿਜ ਹੋਈ ਨਹੀਂ? ਹੋਈ ਵੀ ਆ ਜੀ। ਅੱਛਾ ਦੁਬਾਰਾ ਮੈਰਿਜ? ਹਾਂਜੀ 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 ਜੀ ਜੀ। ਮੈਂ ਮਾਂ ਨਾਲ ਚਾਹੁੰਦੀ ਹਾਂ ਜੀ, ਵੀ ਜੋ ਮੈਨੂੰ ਮਰੀ ਚਾਹੁੰਦਾ ਵੀ ਉਹ ਮੈਂ ਮਰੀ ਨਹੀਂ, ਮੈਂ ਸੱਚਮੁੱਚ ਸਾਹਮਣੇ ਖੜੀ ਹਾਂ ਜੀ। ਨਹੀਂ ਤੁਸੀਂ ਆਪਣੀ ਮਰੀ ਦਾ ਤੁਹਾਨੂੰ ਦੁੱਖ ਹੈ ਵੀ ਲੋਕ ਕਹਿ ਰਹੇ ਨੇ ਤੁਹਾਨੂੰ? ਮੁੰਡੇ ਦਾ ਵੀ ਹੋਇਆ ਜੀ, ਮੁੰਡੇ ਦੀ ਮਿੱਟੀ ਬਲੀਤ ਕਰਦੇ ਆ ਵਿਚਾਰੇ ਦੀ, ਉਹਦਾ ਸੰਸਕਾਰ ਹੋ ਜੇ ਕੀ ਫਾਇਦਾ ਹੈ, ਮੈਂ ਉਹਨੂੰ ਰੋਲੇ ਦਾ। ਤੇ ਤੁਸੀਂ ਕੋਈ ਕਾਰਵਾਈ ਦੀ ਮੰਗ ਕਰਦੇ ਹੋ ਕਿ ਨਹੀਂ? ਨਹੀਂ ਜੀ ਮੈਂ ਹੁਣ ਕਾਸੇ ਦੀ ਮੰਗ ਨਹੀਂ ਕਰਦੀ, ਹੋਰ ਕਈ ਵਾਰ ਮੇਰੇ ਨਾਲ ਫੋਨ ਤੇ ਸੰਪਰਕ ਕਰਦਾ ਸੀ, ਮੇਰੇ ਨਾਲ ਫੋਨ ਤੇ ਹੈਗਾ ਸੀ ਜੀ, ਫੋਨ ਰੋਜ਼ ਲਾਉਂਦਾ ਸੀ ਮੇਰੇ ਨਾਲ ਵੀ। ਤੁਸੀਂ ਹੁਣ ਐਜ਼ ਅ ਮਦਰ ਇੱਥੇ ਆਏ ਹੋ ਜਾਂ ਜਿਹੜੀ ਮੁੰਡੇ ਦੀ ਮਿੱਟੀ ਬਲੀਤ ਹੋ ਰਹੀ ਉਹਦਾ ਵਿਰੋਧ ਕਰਨ ਵਾਸਤੇ ਇੱਥੇ ਆਏ?
ਨਹੀਂ ਜੀ ਮੈਂ ਤਾਂ ਉਹਦੀ ਮਾਤਾ ਹਾਂ ਉਹਨੂੰ ਨਹੀਂ ਮੈਂ ਕਹਿੰਦੀ ਚੱਲ ਵਿਚਾਰੇ ਦਾ ਸੰਸਕਾਰ ਹੋ ਜੇ ਟਾਈਮ ਨਾ ਕਾਹਤੇ ਰੋਲਿਆ ਜਾਂਦਾ ਤੁਹਾਡੇ ਤੱਕ ਸਰਕਾਰ ਨੇ ਕਦੋਂ ਪਹੁੰਚ ਕੀਤੀ ਮੈਂ ਮੋਬਾਈਲ ਤੇ ਵੇਖਿਆ ਸੀ ਨਹੀਂ ਜੀ ਕਿਸੇ ਨੇ ਨੀ ਬੁਲਾਇਆ ਸੀ ਆਪ ਦੀ ਆਪ ਆਏ ਜੀ ਡਰਾਈਵਰ ਨੇ ਡਰਾਈਵਿੰਗ ਕਰਦੇ ਨੇ ਉਹ ਰਹਿੰਦੇ ਨੇ ਮਤਲਬ ਉਹ ਅਲੱਗ ਰਹਿ ਰਹੇ ਨੇ ਫਿਰ ਤੁਸੀਂ ਅਲੱਗ ਰਹਿ ਰਹੇ ਮੈਂ ਤਾਂ ਫਿਰ ਅਲੱਗ ਰਹਿਣਾ ਜੀ ਜਿਵੇਂ ਭੈਣ ਇੱਕ ਵਿਆਹ ਹੀ ਆ ਜੀ ਜਿਹੜੀ ਦਾਦੀ ਮਰ ਗਈ ਉਹਦੇ ਨਾਲ ਸੀ 13 ਸਾਲ ਤੋਂ ਜਿਹੜਾ ਉਹਦਾ ਪਾਲਣ ਪੋਸ਼ਣ ਹੋ ਰਿਹਾ ਤੁਸੀਂ ਕਿਹਾ ਵੀ 13 ਸਾਲ ਤੋਂ ਅਲੱਗ ਹੋ ਗਿਆ ਮੁੰਡਾ ਹਾਂਜੀ 13 ਸਾਲ ਹਾਂਜੀ ਉਦੋਂ 13 ਸਾਲ ਦੇ ਵਿੱਚ ਤੁਸੀਂ ਕਦੇ ਸੰਪਰਕ ਕੀਤਾ ਉਹਦੇ ਨਾਲ ਹਾਂਜੀ ਨਾਨਕੀ ਆਉਂਦਾ ਸੀ ਮੇਰੇ ਕੋਲੇ 10-10 ਦਿਨ ਲੱਗ ਜਾਂਦਾ ਸੀ ਜੀ ਰਹਿੰਦਾ ਸੀ ਆਉਂਦਾ ਜੀ ਕੁੜੀ ਵੱਡੀ ਆਉਂਦੀ ਜਾਂਦੀ ਹੈ ਜੀ ਨਹੀਂ ਜੀ ਛੋਟੀ ਨਹੀਂ ਕੁੜੀ ਨਹੀਂ ਆਈ ਵੀਰੇ ਪਿੰਡ ਵਾਲੇ ਤਾਂ ਕਹਿੰਦੇ ਨੇ ਕਿ ਤੁਹਾਡੇ ਨਾਲ ਸੰਪਰਕ ਹੀ ਨਹੀਂ ਰਿਹਾ ਹੈਗਾ ਜੀ ਜਦੋਂ ਮਰਜ਼ੀ ਫੋਨਾਂ ਤੇ ਵੇਖ ਲਓ ਤੁਸੀਂ ਛੋਟੀ ਨੇ ਆਪਾਂ ਐਵੇਂ ਗੱਪ ਨੀ ਮਾਰਦੇ ਛੋਟੀ ਆਪਣੇ ਨਾਲ ਫੋਨ ਤੇ ਗੱਲ ਵੀ ਛੋਟੀ ਉਹਨਾਂ ਦੇ ਪ੍ਰੈਸਰ ਚ ਆ ਜੀ ਵੱਡੀ ਆਪਦੇ ਸਹੁਰੀ ਅੱਛਾ ਜਿਹੜੀ ਕੋਦੀ ਭੂਆ ਹੈ ਹਾਂਜੀ ਜਿਹੜੀ ਕਿ ਦੱਸਿਆ ਜਾਂਦਾ ਕਿ ਪੰਜਾਬ ਪੁਲਿਸ ਦੇ ਵਿੱਚ ਵੀ ਹੈ ਉਹਦੇ ਨਾਲ ਤੁਹਾਡਾ ਸੰਪਰਕ ਰਹਿੰਦਾ ਨਹੀਂ ਜੀ ਕੋਈ ਨਹੀਂ ਰਹਿੰਦਾ ਨਹੀਂ ਬਸ ਠੀਕ ਹੈ ਹੁਣ ਕੀ ਮੰਗਿਆ ਸਰ ਹੁਣ ਤੁਸੀਂ ਕੀ ਜੇ ਲਾਸਟ ਦੱਸੋ ਵੀਰੇ ਕਰਨ ਕੀ ਆਏ ਹੋ ਲਾਸਟ ਕੀ ਕਰ ਰਹੇ ਹੋ ਮੂੰਹ ਵੇਖਣ ਆਏ ਅਸੀਂ ਮੂੰਹ ਵੇਖਣ ਆਏ ਸੀ ਜੀ ਮੁੰਡੇ ਦਾ ਬਾਕੀ ਉਹਦੀ ਲਾਸ਼ ਨਾ ਉਹ ਹੋਵੇ ਉਹਨੂੰ ਸਹੀਦੀ ਉਹ ਦਿੱਤਾ ਜਾਵੇ ਹੋਰ ਮਾਵਾਂ ਦੇ ਪੁੱਤ ਵੀ ਮੁੰਡੇ ਆਉਣ ਜਿਹੜੇ ਗਏ ਆ ਮੇਰਾ ਤਾਂ ਵਿਚਾਰਾ ਜਾਣ ਕੇ ਮਾਵਾ ਦੇ ਬੈਠਾ ਦੂਜੀ ਸ਼ਾਦੀ ਦੇ ਤੁਹਾਡੇ ਕਿੰਨੇ ਬੱਚੇ ਨੇ ਦੋ ਜੀ ਦੋ ਹਾਂਜੀ ਲੜਕੇ ਲੜਕੀ ਦੋ ਗੁੜੀਆਂ ਦੋ ਗੁੜੀਆਂ ਉਹ ਹਸਬੰਡ ਨਾਲ ਆਏ ਨੇ ਅੱਜ ਤੁਹਾਡੇ ਨਹੀਂ ਜੀ ਉਹ ਤਾਂ ਅਗਲੇ ਕਿਉਂ ਆਉਂਦੇ ਨੇ ਜੀ ਉਹਨਾਂ ਦਾ ਕੀ ਕਹਿਣਾ ਇਹਦੇ ਬਾਰੇ ਜਦੋਂ ਤੁਸੀਂ ਉਹਨਾਂ ਨੂੰ ਦੱਸ ਕੇ ਆਏ ਉਹਨਾਂ ਨੇ ਸਾਡੇ ਨਾਲ ਗੱਲ ਕਰੀ ਨਹੀਂ ਜੀ ਇਹਨਾਂ ਦੇ ਬੱਚਿਆਂ ਦੀ ਮੈਂ ਕਰੀ ਨਹੀਂ ਉਹਨਾਂ ਦੀ ਨਾ ਉਹ ਹੋਣ ਇਹਨਾਂ ਦੀ ਤੁਸੀਂ ਉਹਨਾਂ ਦੀ ਕੋਈ ਗੱਲ ਹੀ ਨਹੀਂ ਸੀ ਜੀ ਉਹਨਾਂ ਦੇ ਤਾਂ ਨਾ ਹੀ ਜਾਂਦੇ ਆਉਂਦੇ ਸੀਗੇ ਤੇ ਤੁਸੀਂ ਵੀ ਇਹਨਾਂ ਦੇ ਨਾਲ ਉੱਥੇ ਸੌਰੀ ਰਹਿਣੇ ਉਹਨਾਂ ਦੇ ਨਹੀਂ ਜੀ ਇਹ ਮੈਨੂੰ ਲੈ ਕੇ ਆਏ ਸੀ ਕੱਲ ਜਦੋਂ ਪਤਾ ਲੱਗ ਗਿਆ ਦੱਸਣ ਨੂੰ ਵੀ ਤੁਹਾਨੂੰ ਇੰਨਾ ਪਤਾ ਇਹਨਾਂ ਦੇ ਬਾਰੇ ਮੈਂ ਮੇਰੀ ਧੀ ਹੈ ਮੈਂ ਉਹ ਕੀਤੀ ਮੈਂ ਵੀ ਸਿਰੋਂ ਨੰਗੀ ਸੀ ਮੇਰੇ ਕੋਲੇ ਕੋਈ ਉਹ ਨਹੀਂ ਸੀ ਮੈਂ ਕੇਸ ਝਗੜਿਆ ਇਹਨਾਂ ਨੇ ਕੋਈ ਨਿਆਣੀ ਦਿੱਤਾ ਇਹ ਤਰੀਕ ਤੇ ਨਹੀਂ ਸੀ ਜਾਂਦੇ ਸਰਕਾਰ ਨੇ ਮੈਨੂੰ ਇੱਕ ਤਰਫਾ ਲਿਖ ਕੇ ਦੇਤਾ ਵੀ ਤੂੰ ਕਿਉਂ ਖੱਜਲ ਖਵਾਰ ਹੋਈ ਆ ਕੁੜੀ ਨੂੰ ਵਿਆਹ ਸ਼ੁਭ ਕਰਨ ਦੇ ਪਿਤਾ ਜੀ ਨਾਲ ਤੁਹਾਡਾ ਤਲਾਕ ਹੋਇਆ ਜਾਂ ਪੰਚਾਇਤੀ ਤਲਾਕ ਹੋਇਆ ਜਾਂ ਉਹਦੇ ਨਾਲ ਦੇ ਤਾਂ ਕੁਛ ਨਹੀਂ ਕੀਤਾ ਜੀ ਇਹਨਾਂ ਨੂੰ ਬੋਲਣ ਦੋ ਨਾ ਤਰੀਕ ਤੇ ਨਹੀਂ ਮਾਤਾ ਜੀ ਤੁਸੀਂ ਜ਼ਿਆਦਾ ਬੋਲਦੇ ਹੋ ਕੁਛ ਉਹਨਾਂ ਨੇ ਤਾਂ ਉਹਨਾਂ ਨੇ ਵਕੀਲ ਸਾਹਿਬ ਨੇ ਜੀ ਜੱਜ ਨੇ ਇੱਕ ਤਰਫਾ ਕਰਤਾ ਉਹ ਤਰੀਕਾਂ ਤੇ ਨਹੀਂ ਗਏ ਜੀ ਅੱਛਾ ਉਹ ਕਹਿੰਦੇ ਵੀ ਸਾਡੇ ਕਿੰਨੂ ਵੀ ਇਹਨੂੰ ਤੁਸੀਂ ਇਹਨਾਂ ਨੂੰ ਮਤਲਬ ਕੋਰਟ ਨੇ ਤੁਹਾਡੇ ਫੇਵਰ ਦੇ ਵਿੱਚ ਐਕਸਪਰਟ ਦੀ ਡਾਈਵੋਰਸ ਦਿੱਤਾ ਹਾਂ ਹਾਂ